ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਕਿਹਾ ਜਾ ਰਿਹਾ ਹੈ ਕਿ ਖਾਲੀ ਪਲਾਟ ਦੇ ਵਿੱਚ ਨੌਜਵਾਨ ਦੀ ਲਾਸ਼ ਮਿਲੀ ਤੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਹਾਲਾਂਕਿ ਕਿਹਾ ਜਾ ਰਿਹਾ ਕਿ ਜੋ ਨੌਜਵਾਨ ਹੈ ਉਹ ਨਸ਼ੇ ਦਾ ਆਦੀ ਸੀ ਤੇ ਉਸਦੀ ਲਾਸ਼ ਦੇ ਕੋਲ ਕਈ ਸਰਿੰਜਾਂ ਵੀ ਮਿਲੀਆਂ ਨੇ, ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਦੀ ਗਲਾ ਦਬਾ ਕੇ ਹੱਤਿਆ ਕੀਤੀ ਗਈ ਹੈ। ਹਾਲਾਂਕਿ ਪੂਰਾ ਮਾਮਲਾ ਕੀ ਹੈ ਤਾਂ ਪੁਲਿਸ ਇਸ ਦੇ ਵਿੱਚ ਲਗਾਤਾਰ ਜਾਂਚ ਕਰ ਰਹੀ ਹੈ ਕਿ ਆਖਰ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ। ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਮੇਰਾ ਇੱਕ ਨੌ ਤੇ ਦੋ ਭਾਈ, ਉਹ ਵੀ ਬਣ ਗਏ ਮੇਰੇ ਦੋਵੇਂ ਪੁੱਤ, ਇਹ ਵੀ ਬਣ ਗਿਆ, ਵਾਲਾ ਵੀ ਬਣ ਗਿਆ। ਮੇਰੀ ਨੌ ਕਮਾਉਂਦੀ ਤੇ ਮੈਂ ਖਾਲੀ ਤੈਨੂੰ ਹੀ ਖਵਾਉਂਦੀ, ਮੈਂ ਇਕੱਲੀ ਰਹਿ ਜੋ ਮੇਰਾ ਕਰਦਾ ਹੀ ਮਾੜਾ ਮੋਟਾ ਤੇ ਮਰ ਜਾਵੇ। ਪਤਾ ਕੀ ਦਿੱਤਾ ਪਰਸੋਂ ਦਾ, ਪਰਸੋਂ ਦਾ ਕੀ ਇਹਨਾਂ ਨੇ ਦਿੱਤਾ? ਇੰਨੀ ਕੁ ਕੁੜੀ ਚ ਛੁੱਟੀ ਨੀ ਆਈ ਮੁੰਡੇ ਨੂੰ, ਲੱਲੀਆਂ ਦੀ ਗਲੀ ਚ ਜਾਂਦਾ ਸੀ, ਉਹਨਾਂ ਦੀ ਲੱਲੀ ਚ ਗਲੀ ਚ ਜਾਂਦਾ ਸੀ। ਮੇਰਾ ਨਾਂ ਰਾਜਾ ਜੀ, ਮੇਰੇ ਤਾਏ ਦਾ ਬੇਟਾ ਵਾ ਇਹ, ਸੰਦੀਪ ਸਿੰਘ ਨਾਂ ਇਹਦਾ। ਇਹ ਨਸ਼ਾ ਕਰਦਾ ਸੀ ਪਰ ਇਹ ਕਤਲ ਵਾ, ਇਹ ਨਸ਼ੇ ਨਾਲ ਨਹੀਂ ਓਵਰਡੋਜ਼ ਨਾਲ ਨਹੀਂ ਮਰਿਆ। ਤੁਹਾਡੇ ਸਾਹਮਣੇ ਗਲੇ ਦੇ ਨਿਸ਼ਾਨ ਆ ਇਹਦੇ, ਗਲ ਘੁੱਟ ਕੇ ਮਾਰਿਆ ਗਿਆ ਇਹਨੂੰ। ਇਹ ਸਾਰਾ ਸਰਕਾਰਾਂ ਦਾ ਬੇੜਾ ਗਰਕ ਆ, ਪੁਲਿਸ ਦਾ ਪੂਰਾ ਫੇਲੀਅਰ ਆ। ਇੱਥੇ ਸ਼ਰੇਆਮ ਨਸ਼ਾ ਵਿਕਣ ਦਿਆ ਕੈਂਪ ਦੇ ਵਿੱਚ, ਸਬਜ਼ੀ ਨਹੀਂ ਮਿਲਦੀ ਜਿੱਦਾਂ ਭੈਣ ਚੋਂ ਨਸ਼ਾ ਕੈਂਪ 'ਚੋਂ ਮਿਲਣ ਦਿਆ ਗਾ। ਇਹ ਮੇਰੇ ਤਾਏ ਦਾ ਬੇਟਾ ਜੀ, ਬ੍ਰਦਰ ਆ ਮੇਰਾ, ਭਰਾ ਹੀ ਮੇਰਾ ਜੀ। ਇਹ ਸਾਰਾ ਘਰ ਨਸ਼ੇ ਨੇ ਬਰਬਾਦ ਕੀਤਾ, ਸਾਰਾ ਘਰ। ਇੱਥੇ ਆ ਕੇ ਦੇਖਿਆ ਇਹ ਪਿਆ ਸੀਗਾ, ਆ ਕੇ ਅਸੀਂ ਦੇਖਿਆ ਇਹਦੇ ਗਲੇ ਦੇ ਨਿਸ਼ਾਨ ਆ, ਗਲਾ ਘੁੱਟ ਕੇ ਮਾਰਿਆ ਗਿਆ ਇਹਨੂੰ, ਮਾਰਿਆ ਗਿਆ। ਇਹ ਕੱਲ੍ਹ ਰਾਤ ਦਾ ਨਿਕਲਿਆ ਘਰੋਂ, ਸੰਦੀਪ ਸਿੰਘ ਨਾਂ ਇਹਦਾ। ਇਹ ਫੈਮਿਲੀ 'ਚ ਇਕੱਲੇ ਮਾਂ ਪੁੱਤ ਹੀ ਆ, ਦੋ ਭਰਾ ਅੱਗੇ ਮਰ ਗਏ ਆ, ਤਾਇਆ ਜੀ ਵੀ ਇਹਨਾਂ ਦੇ ਦੁੱਖੋਂ ਪੂਰਾ ਹੋ ਗਿਆ ਵਾ। ਇਹ ਸਾਰਾ ਘਰ ਨਸ਼ੇ ਨੇ ਤਬਾਹ ਕੀਤਾ। ਵੇਖੋ ਜੀ ਤੁਹਾਡੇ ਸਾਹਮਣੇ ਆ, ਤੁਸੀਂ ਨਹੀਂ ਨਹੀਂ ਤੁਸੀਂ ਗਲੇ ਦੇ ਨਿਸ਼ਾਨ ਆ, ਤੁਸੀਂ ਲਾਓ ਫੁਟੇਜ ਲਓ ਇਹਦੀ, ਜੋ ਵੀ ਹੈਗਾ ਸਾਨੂੰ ਇਨਸਾਫ ਦਿਓ, ਜੋ ਵੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ, ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ। ਅੱਜ ਇੱਥੇ ਆਪਣਾ ਇੱਕ ਡੈੱਡ ਬੋਡੀ ਮਿਲੀ ਹੈ ਜਿਹਨੂੰ ਚੈੱਕ ਕੀਤਾ ਗਿਆ, ਅਤੇ ਇਹਨੂੰ ਹੁਣ ਅਸੀਂ ਡਾਕਟਰ ਕੋਲੋਂ ਇਹ ਪੋਸਟਮਾਰਟਮ ਕਰਵਾਵਾਂਗੇ, ਜੋ ਸਾਹਮਣੇ ਆਊਗਾ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ। ਨਾਮ ਅਸੀਂ ਇਹ ਪਤਾ ਕਰ ਰਹੇ ਹਾਂ, ਠੀਕ ਹੈ। ਉਹ ਜੀ ਆਪਾਂ ਵੈਰੀਫਾਈ ਕਰ ਰਹੇ ਹਾਂ, ਅਤੇ ਜੋ ਸਾਹਮਣੇ ਆਊਗਾ ਪੋਸਟਮਾਰਟਮ ਦੇ ਅਕੋਰਡਿੰਗਲੀ, ਜੋ ਆਊਗਾ ਸਾਹਮਣੇ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ। ਬਸ ਕਰਵਾਉਣ ਲੱਗੇ।